ਕੋਠਿਆਂ ਤੇ ਮੰਜੇ ਡਾ ਲੈਣੇ, ਬਾਜ਼ਾਰਾਂ ਤੇ ਮੰਜੇ ਡਾ ਲੈਣੇ, ਚੋਰੀ ਕੋਣੀ ਸੀ। ਹੁਣ ਚੋਰੀ ਹੁਣ ਤਾਂ ਹੱਥ ਚ ਫੜ ਕੇ ਲੈ ਜਾਂਦੇ। ਵਾਹ ਵਾਹ, ਚੋਰੀ ਕੋਣੀ ਸੀ। ਆਪਣੇ ਡਾਂਗਾਂ ਤੇ ਬਰਛੇ ਛਵੀਆਂ ਇੱਥੋਂ ਲਾ ਕੇ ਉੱਥੇ ਤਾਈ ਢੇਰ ਲੱਗੇ, ਉਹਦੇ ਲਈ ਉਹਦੇ ਰੱਖੀ ਜਾਣ, ਉਹਦੇ ਲਈ ਉਹਦੇ ਰੱਖ। ਹੈਲੋ ਜੀ, ਅਸੀਂ ਇਸ ਵੇਲੇ ਬੈਠੇ ਹਾਂ ਚੱਕ ਨੰਬਰ 64R, ਜ਼ਿਲ੍ਹਾ ਸਾਹੀਵਾਲ, ਅਤੇ ਬਾਬਾ ਜੀ ਸਾਡੇ ਨਾਲ ਨੇ ਜੀ, ਪੁਰਾਣੇ ਵਕਤਾਂ ਦੇ। ਜਿਸ ਵੇਲੇ ਪਾਕਿਸਤਾਨ ਬਣਿਆ ਉਸ ਵੇਲੇ ਇਹ ਜਵਾਨ ਸੀ, ਜਵਾਨ ਉਮਰ ਦੇ ਵਿੱਚ ਸੀ। ਇਹਨਾਂ ਨੂੰ ਕੀ ਕੁਝ ਯਾਦ ਹੈ, ਕੀ ਕੁਝ ਇਹਨਾਂ ਦੀਆਂ ਗੱਲਾਂ ਅੱਜ ਵੀ ਇਹਨਾਂ ਨੂੰ ਨਹੀਂ ਭੁੱਲੀਆਂ 1947 ਬਾਰੇ, ਆਓ ਪੁੱਛਦੇ ਹਾਂ। ਬਾਬਾ ਜੀ ਤੁਹਾਡਾ ਪੂਰਾ ਨਾਂ ਕੀ ਹੈ? ਅਬਦੁਲ ਅਜ਼ੀਜ਼। ਅਤੇ ਬਾਬਾ ਜੀ ਬਾਪੂ ਦਾ ਕੀ ਨਾਂ ਸੀ? ਉਹਦਾ ਨਾਂ ਸੀ ਬੀਲਾ। ਅੱਛਾ ਜੀ, ਅਤੇ ਬਾਬਾ ਜੀ ਆਪਣਾ ਪਿਛਲਾ ਪਿੰਡ ਕਿਹੜਾ ਸੀ? ਲੈਪੋ। ਲੈਪੋ ਗਹਿਰੀ ਜਿਹਨੂੰ ਕਹਿੰਦੇ ਆ। ਹਾਂ। ਤਹਿਸੀਲ ਕਿਹੜੀ ਸੀ? ਤਹਿਸੀਲ ਹੈਗੀ ਸੀ ਮੁਕਤਸਰ। ਅੱਛਾ ਜੀ। ਸਾਡੇ ਤੋਂ 9 ਕੋ 5 ਸੀ ਚੜ੍ਹਦੇ 'ਚ। ਅੱਛਾ 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 ਅੱਛਾ। ਤਹਿਸੀਲ ਮੁਕਤਸਰ ਸੀ। ਮੁਕਤਸਰ ਸੀ ਤਹਿਸੀਲ। ਹਾਂ, ਅਤੇ ਜ਼ਿਲ੍ਹਾ ਫਿਰੋਜ਼ਪੁਰ। ਅੱਛਾ ਬਾਬਾ ਜੀ, ਜਿਹੜਾ ਲੈਪੋ ਗਹਿਰੀ ਸੀ, ਉਹ ਗਹਿਰੀ ਨੇੜੇ ਸੀ ਨਾ, ਜਿਵੇਂ ਨਿੱਕਾ ਚੌਥੇ। ਹਾਂਜੀ ਹਾਂਜੀ। 4-5 ਮੁਰੱਬਿਆਂ 'ਤੇ। ਠੀਕ ਹੈ। 5-6 ਮੁਰੱਬੇ ਪੰਜ ਸੀ ਉਹ ਗਹਿਰੀ ਤਾਂ ਆਉਂਦੇ ਸੀ। ਲੈਪੋ ਦੇ ਨੇੜੇ ਸੀ ਨਾ ਗਹਿਰੀ, ਲੈਪੋ ਗਹਿਰੀ ਪਿੰਡ ਸਾਡਾ ਲੈਪੋ ਹੀ ਸੀ। ਲੈਪੋ ਪਿੰਡ ਸੀ। ਲੈਪੋ ਪਿੰਡ ਦੇ ਆਲੇ ਦੁਆਲੇ ਦੇ ਪਿੰਡ ਕਿਹੜੇ ਕਿਹੜੇ ਸੀ? ਕੁਰਪਾਲ ਕੇ, 2 ਪਿੰਡ ਕੁੱਕਰੀਆਂ ਦੇ, 1 ਲਬਾਣੇ ਵਾਲੀ, ਜਾਂਡ ਵਾਲਾ, ਅਤੇ ਖੱਪਿਆਂ ਵਾਲੀ। ਅੱਛਾ। 6-7 ਪਿੰਡ ਸੀ। ਅੱਛਾ ਅੱਛਾ ਅੱਛਾ। ਹਾਂ, ਅਤੇ ਬਾਕੀ 2-3 ਪਿੰਡ ਸਿੱਖਾਂ ਦੇ ਵੀ ਹੈਗੇ ਸੀ। ਉਹ ਕਿਹੜੇ ਕਿਹੜੇ ਸੀ? ਉਹ ਚਿਰਬੁੱਟੀ ਅਤੇ ਭਾਈ ਵਾਲਾ। ਅੱਛਾ। ਉਹ 2 ਪਿੰਡ ਸਿੱਖਾਂ ਦੇ ਵੀ ਸਾਡੇ ਨੇੜੇ ਹੈਗੇ ਸੀ। ਅੱਛਾ ਬਾਬਾ ਜੀ, ਜਿਹੜਾ ਇਹ ਲੈਪੋ ਪਿੰਡ ਸੀ, ਲੈਪੋ ਪਿੰਡ 'ਚ ਕਿਹੜੀ ਕਿਹੜੀ ਬਰਾਦਰੀਆਂ ਬੈਠੀਆਂ ਸੀ? ਬਰਾਦਰੀਆਂ 'ਤੇ ਬੈਠੇ ਕੁੱਕਰੀਏ, ਵੱਟੂ, ਤੂਰ, ਪਠਾਨ, ਬਸ ਇਹ 4 ਕੁ ਪਿੰਡ। ਆਪਾਂ ਤੂਰ ਬਰਾਦਰੀ ਦੇ ਹਾਂ। ਤੂਰ ਬਰਾਦਰੀ, ਤੂਰ ਰਾਜਪੂਤ। ਹਾਂਜੀ। ਅੱਛਾ ਬਾਬਾ ਜੀ, ਨੰਬਰਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਨੰਬਰਦਾਰੀਆਂ ਸੀ ਉਹਦੇ 2 ਨੰਬਰਦਾਰੀਆਂ। 2 ਨੰਬਰਦਾਰ ਸੀ। ਅੱਛਾ, ਕੌਣ ਕੌਣ ਨੰਬਰਦਾਰ ਸੀ, ਕੋਈ ਨਾਂ ਯਾਦ ਹੈ? ਹਾਂ, ਗੁਲਾਮ ਬੱਟੂ। ਗੁਲਾਮ ਬੱਟੂ। ਅਤੇ ਇੱਕ ਹੈਗਾ ਸੀ, ਉਹਦਾ ਨਾਂ ਕੁਦਰਤੁੱਲਾ ਸੀ। ਕੁਦਰਤੁੱਲਾ। ਕੁਦਰਤੁੱਲਾ ਕਿਹੜੀ ਬਰਾਦਰੀ ਦਾ ਸੀ? ਉਹ ਹੈਗਾ ਸੀ ਕੁੱਕਰੀਆਂ ਦੀ ਬਰਾਦਰੀ। ਕੁੱਕਰੀਆਂ ਦਾ ਸੀ। ਠੀਕ ਹੈ। ਅਤੇ ਬਾਬਾ ਜੀ, ਪਿੰਡ ਕਿੰਨਾ ਕੁ ਵੱਡਾ ਸੀ? ਬੜਾ ਪਿੰਡ ਵੱਡਾ ਸੀ। ਅੱਛਾ। 2-2.5 ਮੁਰੱਬਿਆਂ ਦਾ ਪਿੰਡ ਹੈਗਾ। ਵਾਹ। 2-2.5 ਬੜਾ ਪਿੰਡ ਵੱਡਾ ਸੀ, ਬਹੁਤ ਆਦਮ ਬੜਾ ਸੀ। ਅੱਛਾ। ਹਾਂ, ਪੱਤੀਆਂ ਜੋ ਸੀ, ਪੱਤੀਆਂ ਜੀ, ਤਾਂ 4-5 ਪੱਤੀਆਂ ਬਣ ਜਾਂਦੀਆਂ ਸੀ। ਉਸ ਵੇਲੇ ਮਸ਼ਹੂਰ ਮਸ਼ਹੂਰ ਬੰਦੇ ਕਿਹੜੇ ਸੀ ਉਸ ਵੇਲੇ ਲੈਪੋ ਪਿੰਡ ਦੇ, 47 ਤੋਂ ਪਹਿਲੇ, ਪਾਕਿਸਤਾਨ ਬਣਨ ਤੋਂ ਪਹਿਲੇ? ਉਹ ਤਾਂ ਫਿਰ ਤੈਨੂੰ ਮੈਂ ਕੀ ਦੱਸਾਂ, ਜਵਾਨ ਬੰਦੇ ਸੀ, ਮੇਰੇ ਮਾਮੇ ਵੀ ਸੀ, ਫਿਰ ਵਟੂਆਂ ਦੇ ਵੀ ਬੰਦੇ ਹੈਗੇ ਸੀ, ਕੁੱਕਰੀਆਂ ਦੇ ਵੀ ਹੈਗੇ ਸੀ, ਜਿਹੜੇ ਜਿਹੜੇ ਉੱਥੇ ਜਵਾਨ ਸੀ, ਇੱਥੇ ਆ ਕੇ ਫੌਜ ਹੋਏ, ਇੱਥੇ ਆ ਕੇ ਹੈਂ ਜਵਾਨ ਬੰਦੇ ਜਿਹੜੇ ਸੀ ਨਾ, 10-15 ਬੰਦੇ ਉਹ ਜਵਾਨ ਸੀ, ਹੋਰ ਵੀ ਹੈਗੇ ਸੀ, ਉਹ ਸਾਰੇ ਇੱਥੇ ਆ ਕੇ ਫੌਜ ਹੋਏ। ਠੀਕ ਹੈ। ਬਾਬਾ ਜੀ, ਪਿੰਡ ਵਿੱਚ ਸਕੂਲ ਹੈਗਾ ਸੀ? ਹੈਗਾ ਸੀ। ਕਿੰਨੀਆਂ ਜਮਾਤਾਂ ਦਾ? 4 ਦਾ। 4 ਦਾ। ਉਸ ਵੇਲੇ ਪ੍ਰਾਇਮਰੀ ਸਕੂਲ 4 ਜਮਾਤਾਂ ਦਾ ਹੁੰਦਾ ਸੀ? 4 ਸੀ। ਤੁਸੀਂ ਗਏ ਹੋ ਪੜ੍ਹਨ? ਨਹੀਂ, ਮੈਂ ਨਹੀਂ ਪੜ੍ਹਿਆ। ਕਿਉਂ ਨਹੀਂ ਪੜ੍ਹੇ? ਮੈਂ ਪੜ੍ਹਿਆ ਹੀ ਨਹੀਂ। ਅੱਛਾ, ਨਹੀਂ ਹੁੰਦਾ ਨਾ, ਮੈਂ ਇੱਥੋਂ ਵੱਡਾ ਪੜ੍ਹਿਆ ਸੀ, ਉਹ ਫੌਜ ਹੋ ਗਏ। ਅੱਛਾ ਅੱਛਾ। ਅਸੀਂ 4 ਭਰਾ ਸਾਂ। ਠੀਕ ਹੈ। ਇੱਕ ਸਾਡੀ ਭੈਣ ਸੀ। ਅੱਛਾ ਅੱਛਾ। ਬਾਬਾ ਜੀ, ਉਹ ਸਾਰੇ ਫੌਜ ਹੋ ਗਏ। ਠੀਕ ਹੈ। ਬਾਬਾ ਜੀ, ਸਾਨੂੰ ਇਹ ਦੱਸੋ, ਲਾਗੇ ਸ਼ਹਿਰ ਕਿਹੜਾ ਲੱਗਦਾ ਸੀ ਤੁਹਾਨੂੰ? ਸ਼ਹਿਰ ਲੱਗਦਾ ਸੀ ਗੁਰੂ ਸਾ। ਗੁਰੂ ਸਾ। ਗੁਰੂ ਸਾ। ਅੱਛਾ। ਗੁਰੂ ਹਰ ਸਾਹਿਬ ਆੜਤਾਂ। ਅੱਛਾ। ਦੀਆਂ ਵੱਡੀਆਂ ਵੱਡੀਆਂ ਸ਼ਾਹੂਕਾਰਾਂ ਦੀਆਂ ਆੜਤਾਂ। ਅੱਛਾ। ਫਿਰ ਉੱਥੇ ਠਾਣਾ। ਅੱਛਾ ਜੀ। ਉੱਥੇ ਫਿਰ ਗੱਡੀ ਜਾਂਦੀ ਸੀ, ਇਹ ਰੇਲ ਗੱਡੀ। ਅੱਛਾ ਜੀ। ਸਾਡੇ ਤੋਂ 5 ਕੋ 5 ਸੀ। ਅੱਛਾ। ਲਾਈਨ ਦੇ 'ਚ। ਠੀਕ ਹੈ। ਗੁਰੂ ਸਾ। ਹਾਂ ਹਾਂ। ਉਹ ਗੱਡੀ ਲੰਘਦੀ ਸੀ ਜਿਹੜੀ ਲਾਈਨ ਆ, ਉਹ ਇੱਧਰੋਂ ਫਿਰੋਜ਼ਪੁਰ
ਤੋਂ ਜਾਂਦੀ ਸੀ ਤੇ ਬੰਗਲੇ ਨੂੰ ਜਾਂਦੀ ਸੀ। ਬੰਗਲਾ ਫਾਜ਼ਿਲਕਾ? ਬੰਗਲ ਫਾਜ਼ਿਲਕਾ। ਅੱਛਾ ਜੀ, ਠੀਕ ਹੈ। ਤੇ ਇਹ ਦੱਸੋ ਆਲ ਦੁਆਲੇ ਜਿਹੜੇ ਸਿੱਖਾਂ ਦੇ ਪਿੰਡ ਸੀ, ਉਹਨਾਂ ਨਾਲ ਮਿਲਣ ਵਰਤਨ ਹੈ ਸੀ ਕੋਈ? ਹੈਗੇ ਚਾਹੀਦੇ ਸੀ। ਕਿਸ ਤਰ੍ਹਾਂ ਦਾ ਮਿਲਣ ਵਰਤਨ ਸੀ? ਉਹ ਵੇਖੇ ਨਾ, ਉਹ ਤਾਂ ਗੱਲਾਂ ਮੈਂ ਕਹਿੰਦੇ, ਸਾਡੇ ਬੰਦੇ ਤੇ ਉਹ ਰਲ ਕੇ ਸ਼ਰਾਬ ਵੀ ਪੀ ਲੈਂਦੇ ਸੀ। ਅੱਛਾ, ਪਾਕਿਸਤਾਨ ਜਿਹੜੇ ਮੁਸਲਮਾਨ ਸੀ ਨਾ, ਉਹ ਬੇਲੀ ਬਣੇ ਸੀ ਉਹਨਾਂ ਦੇ, ਉਹ ਇਹਨਾਂ ਕੋਲ ਆਉਂਦੇ ਸੀ, ਉਹਨਾਂ ਕੋਲ ਜਾਂਦੇ। ਅੱਛਾ ਜੀ, ਸ਼ਰਾਬ ਵੀ ਪੀਂਦੇ ਸੀ ਰਾਤ ਕੇ। ਅੱਛਾ ਜੀ, ਸਿੱਖ ਤੇ ਮੁਸਲਮਾਨ। ਅੱਛਾ, ਉਹਨਾਂ ਪਿੰਡਾਂ ਦੇ ਕੋਈ ਮਸ਼ਹੂਰ ਬੰਦੇ ਯਾਦ ਹੋਣ, ਸਰਦਾਰਾਂ ਦੇ ਜਿਹੜੇ ਪਿੰਡ ਸਨ ਜੱਟਾਂ ਦੇ, ਉਹਨਾਂ ਦੇ ਕੋਈ ਬੰਦਿਆਂ ਦੇ ਨਾਂ ਸੁਣੇ ਹੋਣ ਤੁਸੀਂ? ਖੁਸ਼ਹਾਲੀ, ਇੱਕ ਦਾ ਨਾਂ ਖੁਸ਼ਹਾਲੀ ਸੀ। ਖੁਸ਼ਹਾਲ ਸਿੰਘ? ਖੁਸ਼ਹਾਲ ਸਿੰਘ। ਅਤੇ ਇੱਕ ਹੈਗਾ ਸੀ ਜਿਹੜਾ ਕਾਨੇ ਵਾਲੀ ਸੀ ਸਾਡੇ ਪਿੰਡ, ਉਹ ਹੈਗੇ ਸੀ ਸਿੱਖ। ਹਾਂ, ਕਾਨੇ ਵਾਲੀ ਵੀ ਸਾਡੇ ਕੋਲ ਸੀ ਨਾ। ਕਾਨੇ ਵਾਲੀ? ਹਾਂ, ਕਾਨੇ ਵਾਲੀ। ਠੀਕ ਹੈ। ਉੱਥੇ ਸਾਡਾ ਹਸਪਤਾਲ ਵੀ ਬੜਾ ਵੱਡਾ ਸੀ। ਅੱਛਾ ਜੀ। ਹਾਂਜੀ, ਏਡਾ ਵੱਡਾ ਪਿੰਡ ਸੀ ਵੀ ਉਸ ਹਸਪਤਾਲ ਵੀ ਸੀ? ਉਹਨੇ ਉਸ ਪਿੰਡ ਦੇ ਵਿੱਚ ਹਸਪਤਾਲ ਸੀ, ਉਹ ਵੀ ਵਾਹਵਾ ਸੀ ਪਿੰਡ। ਅੱਛਾ, ਬੰਤਾ ਸੰਧੂ? ਬੰਤਾ ਸੰਧੂ, ਉਹ ਸੰਧੂ ਸੀ। ਠੀਕ ਹੈ। ਹੈਗੇ ਸਿੱਖ? ਇਹ ਕਾਨੇ ਵਾਲੀ ਦਾ ਸੀ। ਕਾਨੇ ਵਾਲੀ, ਠੀਕ ਹੈ। ਹਾਂ, ਅਤੇ ਜਿਹੜੇ ਇਹ ਸੀ ਨਾ ਖੁਸ਼ਹਾਲ ਸਿੰਘ, ਅਤੇ ਇਹ ਇਸ ਮਨ ਹੈਗੇ ਸੀ ਭਾਈ ਵਾਲੇ, ਉਹਦਾ ਨਾਂ ਸੀ ਕਰਤਾਰਾ। ਕਰਤਾਰ ਸਿੰਘ? ਕਰਤਾਰ ਸਿੰਘ, ਠੀਕ ਹੈ। ਹਾਂ, ਮੈਨੂੰ ਪਤਾ, ਮੈਂ 15-16-17 ਸਾਲ ਦਾ ਸੀ, ਮੈਂ ਵੱਡਾ ਸਾਰਾ ਸੀ ਜਦੋਂ ਉੱਥੇ। ਵਾਹ 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 ਵਾਹ। ਬਾਬਾ ਜੀ, ਇਹ ਜਿਹੜੇ ਸਿੱਖ ਸਨ, ਤੁਸੀਂ ਕਿਹਾ ਵੀ ਸ਼ਰਾਬਾਂ ਵੀ ਇਕੱਠੇ ਬਹਿ ਕੇ ਪੀ ਲੈਂਦੇ ਸੀ? ਲੈਂਦੇ ਸੀ। ਇਹ ਦੱਸੋ ਕਿ ਸ਼ਾਦੀ ਵਿਆਹਾਂ 'ਤੇ ਵੀ ਆਉਣ ਜਾਣ ਹੈ ਸੀ ਇੱਕ ਦੂਜੇ ਵੱਲ? ਸ਼ਾਦੀ ਵਿਆਹ 'ਤੇ? ਸ਼ਾਦੀਆਂ 'ਤੇ ਨਹੀਂ ਆਉਣ ਦਿੰਦੇ ਸੀ, ਉਹ ਸਾਰਾ ਆਦਮ ਜੁੜਿਆ ਹੁੰਦਾ ਸੀ, ਮੁਸਲਮਾਨ ਸਾਰੇ ਜੁੜੇ ਹੁੰਦੇ ਸੀ ਨਾ, ਇਹ ਤਾਂ ਚੋਰੀ ਛੱਪੀ ਪੀਂਦੇ ਸੀ। ਨਹੀਂ ਨਹੀਂ, ਜਿਹੜੇ ਸ਼ਰੀਫ ਲੋਕ ਨੇ ਉਹ ਤਾਂ ਸ਼ਰਾਬਾਂ ਪੀਣ ਵਾਲੇ 'ਤੇ ਇੱਕ ਲਹਿਦਾ ਤਬਕਾ ਹੁੰਦਾ ਹੈ ਨਾ, ਜਿਹੜੇ ਵੱਡੇ ਜ਼ਿਮੀਂਦਾਰੀਏ ਉਹ ਇੱਕ। ਮੈਂ ਵੇਖੇ ਨਹੀਂ ਨਾ, ਮੈਂ ਵੇਖੇ ਨਹੀਂ। ਅਤੇ ਬਾਬਾ ਜੀ, ਬਿਜਲੀ ਹੈ ਸੀ ਪਿੰਡ ਵਿੱਚ ਤੁਹਾਡੇ? ਨਹੀਂ, ਬਿਜਲੀ ਤਾਂ ਇੱਥੇ ਆਇਆ ਵੀ ਕੋਈ ਸੀ। ਅੱਛਾ, ਇੱਥੇ ਆਇਆ ਵੀ ਕੋਈ ਸੀ ਬਿਜਲੀ? ਬਿਜਲੀ ਤੋਂ ਬਿਨਾਂ ਗੁਜ਼ਾਰਾ ਕਿਵੇਂ ਹੁੰਦਾ ਸੀ? ਅੱਲਾ ਕਰਦਾ ਸੀ, ਅੱਲਾ ਕਰਦਾ ਸੀ। ਕੋਠਿਆਂ 'ਤੇ ਮੰਜੇ ਡਾਹ ਲੈਣੇ, ਬਾਜ਼ਾਰਾਂ 'ਚ ਮੰਜੇ ਡਾਹ ਲੈਣੇ, ਚੋਰੀ ਕੋਈ ਸੀ। ਹੁਣ ਚੋਰੀ, ਹੁਣ ਤਾਂ ਹੱਥ 'ਚ ਫੜ ਕੇ ਲੈ ਜਾਂਦੇ। ਵਾਹ ਵਾਹ, ਚੋਰੀ ਕੋਈ ਸੀ। ਬਾਬਾ, ਪਿੰਡ 'ਚ ਖੂਹ ਕਿੰਨੇ ਸੀ ਉੱਥੇ ਲੈਪੋ ਵਿੱਚ? ਖੂਹ ਦਾ ਵੱਡਾ ਪਿੰਡ ਸੀ ਜਿਹੜਾ ਨਾ, ਸਾਡਾ ਪਿੰਡ ਉਹਦੇ 'ਤੇ ਵੱਡਾ ਖੂਹ ਸੀ, ਬੜਾ ਵੱਡਾ, ਬੜਾ ਮਾਛੀ ਪਾਣੀ ਭਰਦੇ। ਅੱਛਾ, ਮਸ਼ਕਾਂ ਨਾਲ? ਵਾਹ, ਮਸ਼ਕਾਂ ਨਾਲ। ਹਾਂ, ਫਿਰ ਉੱਥੇ ਗੁਸਲਖਾਨੇ ਵੀ ਬਣੇ ਸੀ ਬਣਾਲੇ। ਅੱਛਾ, ਅਤੇ ਹਰ ਤਰੀਕਾ ਸੀ ਉਹਦੇ ਉੱਤੇ ਚੱਲਦਾ, ਉਹ ਖੂਹ 'ਤੇ। ਵਾਹ ਜੀ ਵਾਹ। ਅਤੇ ਮਾਛੀ ਦਾਣੇ ਲੈਂਦੇ ਸੀ ਦੋ ਮਣ, ਦੋ ਮਸ਼ਕਾਂ ਦੇਣੀਆਂ ਅਤੇ ਦੋ ਮਣ ਦਾਣੇ ਲੈਣੇ ਸਾਲ ਦੇ। ਵਾਹ, ਝੋਟਾ ਹੁੰਦਾ ਸੀ ਜਾਂ ਵੱਛਾ ਹੁੰਦਾ ਸੀ, ਉਹ ਜੋੜਦੇ ਸੀ ਅਤੇ ਬੋਕਾ ਹੁੰਦਾ ਸੀ ਉੱਦਾਂ। ਵਾਹ ਵਾਹ ਵਾਹ। ਪੱਕੇ ਫਰਸ਼ ਹੁੰਦੇ ਸੀ, ਉਹਨਾਂ ਫਿਰ ਉਹਨੂੰ ਜੋੜ ਦੇਣਾ, ਕਿੱਲੀ ਵਿੱਚ ਪਾ ਦੇਣੀ, ਉਹ ਮਗਲੇ ਬਿੰਡੀ ਬਣਾਈ ਦਿੰਦੀ, ਉਹਨੂੰ ਤੋੜ ਦੇਣਾ। ਜਦੋਂ ਉਹਨੇ ਅਖੀਰ 'ਤੇ ਜਾਣਾ ਅਤੇ ਬੋਕਾ ਵਧਾ ਦੇਣਾ, ਅਤੇ ਫਿਰ ਹੱਥ 'ਤੇ ਆਉਣਾ, ਫਿਰ ਬੋਕਾ ਵਧਾ ਦੇ, ਉਹ ਗੁਸਲਖਾਨਿਆਂ 'ਚ ਵੀ ਪਾਣੀ ਲੱਗਾ ਜਾਣਾ। ਵਾਹ ਵਾਹ, ਟੂਟੀਆਂ ਲੱਗੀਆਂ। ਕਿਆ ਬਾਤ ਹੈ, ਟੂਟੀਆਂ ਲੱਗੀਆਂ। ਵਾਹ, ਬੜਾ ਇੰਤਜ਼ਾਮ ਸੀ ਲੈਪੋ ਵਿੱਚ। ਹਾਂ, ਠੀਕ ਹੈ। ਅਤੇ ਬਾਬਾ, ਪਿੰਡ 'ਚ ਮਸਜਿਦ ਵੀ ਸੀ? ਬੜੀ ਵੱਡੀ, ਬੜੀ ਵੱਡੀ ਮਸਜਿਦ ਸੀ, ਵੱਡੀ, ਇੱਕੋ ਇੱਕੋ ਮਸਜਿਦ ਸੀ, ਇੱਕੋ। ਠੀਕ ਹੈ। ਮੁਸਲਮਾਨ ਜੋ ਸੀ ਸਾਰੇ? ਹਾਂ, ਇੱਕ ਦੋ ਘਰ ਸੀ ਕਰਾੜਾਂ ਦੇ, ਦੋ, ਅਤੇ ਦੋ ਘਰ ਸੀ ਬਾਵਰੀਏ। ਬਾਵਰੀਏ? ਬਾਵਰੀਏ, ਉਹ ਵੀ ਸਿੱਖ ਹੁੰਦੇ। ਅੱਛਾ, ਉਹ ਸਾੜਦੇ ਨੇ ਬੰਦੇ ਨੂੰ, ਸਾੜਦੇ। ਅੱਛਾ ਅੱਛਾ, ਉਹਨਾਂ ਦੇ ਨਾਂ ਯਾਦ ਨੇ ਉਹ ਬਾਵਰੀਆਂ ਦੇ ਅਤੇ ਸਿੱਖਾਂ ਜਿਹੜੇ? ਬੱਲਾ ਸਿੱਖ ਦਾ ਨਾਂ ਬੱਲਾ, ਬੱਲਾ ਅਮੀ ਚੰਦ, ਅਮੀ ਚੰਦ। ਉਹਨਾਂ ਦੀ ਮਾਂ ਸੀ ਆਸੋ। ਅੱਛਾ, ਉਹਨਾਂ ਦੇ ਪਿਓ ਮਰੇ ਦਾ ਮੈਨੂੰ ਨਹੀਂ ਪਤਾ ਕਦੋਂ ਮਰਿਆ। ਇਹਨਾਂ ਦੇ ਕੋਈ ਮੁੰਡੇ ਤੁਹਾਡੇ ਵੀ ਹਾਣੀ ਹੈ ਸੀ? ਹੈਗੇ ਸੀ। ਕਿਹੜੇ? ਰੋਸ਼ੂ ਸੀ ਇੱਕ, ਰੋਸ਼ੂ, ਰੋਸ਼ਨ, ਰੋਸ਼ਨ ਨਾਂ ਹੋਣਾ। ਰੋਸ਼ਨ, ਇਹ ਕਿੰਨਾ ਪੁੱਤਰ ਸੀ? ਇਹ ਬੱਲੇ ਦਾ, ਬੱਲੇ ਦਾ। ਠੀਕ ਹੈ, ਰਲ ਕੇ ਖੇਡਦੇ ਸੀ ਤੁਸੀਂ? ਰਲ ਕੇ। ਦੁਕਾਨਾਂ ਇਹ ਇੱਕ ਤਾਂ ਇਹਨਾਂ ਦੀ ਸੀ ਦੁਕਾਨ? ਬਸ ਦੋ ਹੀ ਦੁਕਾਨਾਂ। ਦੋ ਸੀ, ਦੂਸਰੀ ਕਿੰਨੀ ਸੀ? ਉਹ ਦੋਵੇਂ ਕਿਰਾੜਾਂ ਦੀਆਂ ਸੀ। ਇੱਕ ਕਿਰਾੜ ਦਾ ਨਾਂ ਸੀ ਬੱਲਾ, ਇੱਕ ਦਾ ਨਾਮ ਹੀ ਚੰਦ।
ਅਮੀ ਚੰਦ ਇਹਨਾਂ ਬੱਲੇ ਦੀ ਤੇ ਅਮੀ ਚੰਦ ਦੀ ਦੁਕਾਨ ਸੀ ਆਪ ਆਪ ਤੇ ਜਿਹੜੇ ਬਾਵਰੀਏ ਸੀ ਬਾਵਰੀਏ ਉਹ ਕੀ ਕੰਮ ਕਰਦੇ ਸੀ ਉਹ ਮਿਹਨਤ ਮੁਜ਼ਦੂਰੀ ਕਰਦੇ ਸੀ ਮਿਹਨਤ ਮਜ਼ਦੂਰੀ ਕਰਦੇ ਸੀਰੀ ਲੱਗ ਜਾਂਦੇ ਸੀ ਅੱਛਾ ਸੀਰੀ ਲੱਗਦੇ ਸੀ ਬੰਦਿਆਂ ਨਾਲ ਮੁਸ਼ੀਰੀ ਲੱਗ ਜਾਂਦੇ ਠੀਕ ਹੈ ਠੀਕ ਹੈ ਠੀਕ ਉਹ ਸੀਰ ਹੁੰਦਾ ਸੀ ਵੀ ਪੰਜਵਾਂ ਹਿੱਸਾ ਲੈਣਾ ਛੇਵਾਂ ਹਿੱਸਾ ਲੈਣਾ ਯੋਗਾਂ ਦੇ ਮਨ ਠੀਕ ਹੈ ਯੋਗਾਂ ਰੱਖੀਆਂ ਬਾਬਾ ਜੀ ਜਿਹੜੇ ਇਹ ਚਾਰ ਘਰ ਸੀ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਬੈਠੇ ਸੀ ਇਹਨਾਂ ਦੀ ਸ਼ਾਦੀ ਗਮੀ ਇਕੱਠੀ ਸ਼ਰੀਕ ਹੁੰਦੇ ਸੀ ਤੁਸੀਂ ਜਿਹੜੇ ਆ ਬੈਠੇ ਸੀ ਕਰਾੜ ਕਰੂੜ ਕਰਾੜ ਅਤੇ ਬਾਵਰੀਏ ਇਹ ਨਹੀਂ ਆਪ ਚ ਰਲੇ ਇਹਨਾਂ ਦੀਆਂ ਸ਼ਾਦੀਆਂ 'ਤੇ ਤੁਸੀਂ ਆ ਜੋ ਜਾਂਦੇ ਸੀ ਨਾ 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 ਹਾਂ ਨਾ ਸ਼ਾਦੀਆਂ ਸ਼ੁਦੀਆਂ ਜਾਂ ਸੀ ਕਦੇ ਨਹੀਂ ਸੱਦੇ ਕਦੇ ਨਹੀਂ ਹੋਇਆ ਸੀ ਇਹ ਆ ਜਾਂਦੇ ਸੀ ਤੁਹਾਡੇ ਵੱਲ ਨਹੀਂ ਅਸੀਂ ਇਹ ਸੱਦੇ ਹੀ ਕਦੇ ਨਹੀਂ ਸ਼ਾਦੀਆਂ 'ਚ ਅੱਛਾ 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 ਸਾਡਾ ਮਜ਼ਮ ਨਹੀਂ ਲੱਗਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਠੀਕ ਹੈ ਬਾਬਾ ਜੀ ਗੱਲ ਦੱਸੋ ਕਿੰਨੇ ਦਿਨ ਪਹਿਲੇ ਤੁਸੀਂ ਸੁਣ ਲਿਆ ਸੀ ਵੀ ਇੱਥੋਂ ਜਾਣਾ ਲੈਪੋ 'ਚ ਉੱਠ ਕੇ ਜਾਣਾ ਪਾਕਿਸਤਾਨ ਬਣਨ ਦੀ ਗੱਲ ਕਿਵੇਂ ਸੁਣੀ ਸੀ ਤੁਸੀਂ ਕਿੰਨੇ ਕੁ ਦਿਨ ਪਹਿਲੇ ਕੋਈ 10 ਦਿਨ ਪਹਿਲਾਂ ਰੌਲਾ ਪੈ ਗਿਆ ਸੀ ਤੇ ਜਿਹੜੇ ਨੇੜੇ ਨੇੜੇ ਤੈਨੂੰ ਮੈਂ ਪਿੰਡ ਅੱਗੇ ਦੱਸੇ ਨਾ ਸਾਡੇ ਪਿੰਡ ਆ ਗਏ ਸੀ ਸਾਡੇ ਪਿੰਡ ਜਿਸ ਦਿਨ ਇਲੈਕਸ਼ਨ ਆਪਣਾ ਪਾਕਿਸਤਾਨ ਅਤੇ ਹਿੰਦੁਸਤਾਨ ਬਣ ਗਿਆ ਨਾ ਇੱਕ ਦੋ ਦਿਨ ਪਹਿਲਾਂ ਆ ਗਏ ਸੀ ਉੱਥੇ ਆਹ ਜਿਹੜੇ ਪੰਜ ਚਾਰ ਪਿੰਡ ਤੈਨੂੰ ਮੈਂ ਦਿਗਲਾ ਕੇ ਦੱਸੇ ਨਾ ਵੀ ਕੁੱਕੜੀਆਂ ਦੇ ਪਿੰਡ ਲਵਾਣੇ ਵਾਲੀ ਮੁਕਤਸਰ ਮੁਕਤਸਰ ਤਹਿਸੀਲ ਸੀ ਇਹ ਸਾਰੇ ਪਿੰਡ ਜਿਹੜੇ ਸਾਡੇ ਪਿੰਡ ਆ ਗਏ ਸੀ ਸਾਡਾ ਪਿੰਡ ਬੜਾ ਮਸ਼ਹੂਰ ਸੀ ਤੁਹਾਡੇ ਪਿੰਡ ਜਮ੍ਹਾਂ ਹੋ ਗਏ ਹਾਂ ਜਮ੍ਹਾਂ ਇਕੱਠੇ ਹੋ ਗਏ ਹਾਂ ਇਕੱਠੇ ਹੋ ਫਿਰ ਉੱਥੋਂ ਫਿਰ ਇਹ ਟੁਰਨੇ ਸੀ ਈਦ ਸੀ ਰੋਜ਼ੀਆਂ ਦੀ ਹਾਂ ਪਤਾ ਨਹੀਂ ਅਸੀਂ ਉਸੇ ਦਿਨ ਹੀ ਤੁਰ ਪਏ ਹਾਂ ਚੇਤਾ ਪੱਕਾ ਨਹੀਂ ਮੈਨੂੰ ਆਉਂਦਾ ਪਿਆ ਕਿ ਦੂਜੇ ਦਿਨ ਮੈਨੂੰ ਸ਼ੱਕ ਉਸੇ ਦਿਨ ਨਾ ਈਦ ਕਰਕੇ ਉੱਥੋਂ ਤੁਰ ਪਏ ਆਦਮ ਸਾਰਾ ਉੱਠ ਪਏ ਉੱਠ ਖੜਾ ਤੁਰ ਪਏ ਉੱਥੋਂ ਜਲਾਲਾਬਾਦ ਉੱਥੇ ਅਸੀਂ 9-5 ਅੱਛਾ ਹਰ ਬੰਦੇ ਦਾ ਗੱਡਾ ਸੀ ਗੱਡਾ ਗੱਡੇ ਜਾਣਦੇ ਸੀ ਹਾਂ ਗੱਡੇ ਅੱਗੇ ਬੋਲਦ ਜੋੜੇ ਹੁੰਦੇ ਆ ਉੱਠ ਵੀ ਬਲਦ ਵੀ ਅੱਛਾ ਉੱਥੋਂ ਵੀ ਗੱਡੇ ਜੋੜ ਲਿਆ ਕਿਸੇ ਦੋ ਮਣ ਛੋਲੇ ਰੱਖ ਲਿਆ ਕਿਸੇ ਦੋ ਮਣ ਕਣਕ ਰੱਖ ਲਈ ਅਤੇ ਦਾਣਿਆਂ ਦੇ ਕੋਠੇ ਭਰੇ ਛੱਡ ਹਰ ਸ਼ੇ ਛੱਡ ਦਿੱਤੀ ਮਾਲ ਲਾ ਕੇ ਡੰਗਰ ਜਿਹੜੇ ਸੀ ਉਹ ਲੈ ਟੁਰ ਠੀਕ ਹੈ ਅਤੇ ਸਿਰ ਉੱਥੋਂ ਆ ਗਏ ਜਲਾਲਾਬਾਦ ਸ਼ਾਮ ਨੂੰ ਆ ਜਲਾਲਾਬਾਦ ਵਾਲੇ ਜਰਾ ਕੁ ਪਹਿਲਾਂ ਉੱਠ ਗਏ ਅੱਛਾ ਜੀ ਉਹ ਪਹਿਲਾਂ ਉੱਠ ਗਏ ਠੀਕ ਹੈ ਉੱਥੇ ਰਾਤ ਪੈ ਗਈ ਵੱਡਲੇ ਤੇ ਲੈ ਮੀਂਹ ਪਿਆ ਬਾਂਗਾ ਗਏ ਮੀਂਹ ਪੈਂਦਾ ਹੀ ਰਿਹਾ ਨਾ ਫਿਰ ਤੈਨੂੰ ਮੈਂ ਦੱਸਾਂ ਅੱਛਾ ਮੀਂਹ ਪੈ ਗਏ ਪੈਣ ਲੱਗ ਪਿਆ ਸਾਰਿਆਂ ਨੇ ਸਵੇਰੇ ਗੱਡੇ ਜੋੜ ਲਏ ਅਤੇ ਮਾਲ ਵੀ ਤੁਰ ਪਿਆ ਅਤੇ ਸੁਲੇਮਾਨ ਵਾਲੇ ਐਡ ਨੂੰ ਸੁਲੇਮਾਨ ਹਵੇਲੀ ਮਨੋ ਠੀਕ ਹੈ ਹਵੇਲੀ ਜਾਣਾ ਨਾ ਹਾਂ ਐਡ ਸੁਲੇਮਾਨ ਕੀ ਡਾਲੇ ਤੇ ਅੱਗੋ ਆ ਗਏ ਉਹਨੇ ਆਖਿਆ ਵੀ ਆਪਣਾ ਇਹ ਰਾਹ ਨਹੀਂ ਆਪਣਾ ਰਾਹ ਹੈਗਾ ਜੀ ਗੰਡਾ ਸਿੰਘ ਵਾਲਾ ਕਸੂਰ ਇਹ ਆਪਣਾ ਹੈਡ ਇੱਧਰੋਂ ਲੰਘਣਾ ਮੁਸਲਮਾਨਾਂ 'ਚ ਉੱਧਰੋਂ ਲੰਘਣਾ ਸਿੱਖਾਂ ਹਾਂ ਸੁਲੇਮਾਨ ਵਾਲਾ ਉੱਥੇ ਉਹਨਾਂ ਪਿੱਛੋਂ ਮੋੜਿਆ ਉੱਥੇ ਨਾਲ ਸੀ ਇੱਕ ਸੁੱਕੜ ਚੱਕ ਪਿੰਡ ਹੈ ਅਤੇ ਰਹਿੰਦਾ ਸੀ ਉੱਥੇ ਦਰੋਗਾ ਦਰੋਗਾ ਸੀ ਬਹੁਤ ਤਗੜਾ ਬੰਦਾ ਉਹਦੇ ਟਰੱਕ ਟਰੁੱਕ ਵੀ ਆਪਦੇ ਸੀ ਉਹਨੇ ਉਹਨਾਂ ਨੂੰ ਪਾਸੇ ਸੱਦ ਕੇ ਆਖਿਆ ਵੀ ਮੇਰੀ ਇੱਕ ਮਿੰਟ ਮੰਨੋ ਮਿੰਟਰੀ ਵਾਲਾ ਆਖਿਆ ਠੀਕ ਹੈ ਵੀ ਤੁਸੀਂ ਇਹ ਨਾਲ ਦਿਹਾੜੀ ਡੰਗ ਪਾ ਲਓ ਇੱਥੇ ਤਾਂ ਮੈਂ ਵੀ ਨਾਲ ਇਹਨਾਂ ਦੇ ਰਾਜਾਂ ਦਾ ਅਤੇ ਮੈਂ ਸਮਾਨ ਢੋ ਲਵਾਂ ਉਹਨਾਂ ਆਖਿਆ ਵੀ ਬਹਿ ਜਾਓ ਤੁਸੀਂ ਇੱਥੇ ਉਹ ਆਪਦੇ ਖਰੇ ਢੋਦੇ ਟਾਂਦੇ ਰਹੇ ਜਾਂ ਕਿਸ ਤਰ੍ਹਾਂ ਦੋ ਦਿਨ ਉੱਥੇ ਵਿੱਚ ਅੱਛਾ ਜੀ ਉਹ ਵੀ ਸਾਡੇ ਨਾਲ ਉੱਠ ਅੱਛਾ ਉੱਥੋਂ ਟੁਰ ਬਾਰਿਸ਼ ਪੈਂਦੀ ਗਈ ਦੇਰ ਰਾਤ ਬਾਰਿਸ਼ ਬੱਠਣਾਂ 'ਚ ਦਾਣੇ ਨਾ ਤੱਤੇ ਕਰ ਲੈਣੇ ਬੱਠਣਾਂ 'ਚ ਉਹ ਖਾ ਲੈ ਬੱਠਣਾਂ 'ਚ ਕਿਸੇ ਕਣਕ ਤੱਤੀ ਕਰ ਲੈਣੀ ਕਿਸੇ ਛੋਲੇ ਤੱਤੀ ਅੱਛਾ ਆਹ ਬੱਠਣਾਂ 'ਚ ਦਾਣੇ ਤੱਤੇ ਕਰ ਹਾਂ ਉਹ ਨਾ ਉੱਥੇ ਫਿਰ ਰਾਤ ਬੈਠੇ ਰਹੇ ਕਿੰਨੇ ਦਿਨ ਬੈਠੇ ਰਹੇ
ਉੱਥੇ ਦੋ ਦਿਨ ਬੈਠੇ ਰਹੇ ਦੋ ਦਿਨ ਬੈਠੇ ਉੱਥੋਂ ਤੁਰ ਪਏ ਰਾਤ ਛੋੜੇ ਪੰਜ ਤੇ ਹੀ ਆਪਣੇ ਦਿਹਾੜੀ ਗੁਜ਼ਰ ਜਾਂਦੀ ਸੀ ਚਿੱਕੜ ਅਤੇ ਮੀਂਹ ਜੋ ਪਈ ਹੀ ਜਾਂਦਾ ਖੋਬਾ ਬੜਾ ਸਾਡੇ ਬੰਦੇ ਨਾ ਦੋ ਸਾਡੇ ਹਿੰਦੁਸਤਾਨ 'ਚ ਉਹਦੇ ਸ਼ੁਰੂ ਤੋਂ ਪਹਿਲਾਂ ਲੜਾਈ ਹੋਈ ਸੀ ਅਤੇ ਇੱਕ ਮਾਈ ਨੂੰ ਗੁੰਮਾ ਵੱਜ ਗਿਆ ਇੱਥੇ ਅਤੇ ਉਹ ਮਰ ਗਈ ਉਹ ਕੁੱਕਰੀਆਂ 'ਤੇ ਪਰਚਾ ਹੋਇਆ ਕੁੱਕਰੀਆਂ ਦਾ ਸੀ ਬੰਦਾ ਜਿਹਨੇ ਉਹ ਰੋੜਾ ਮਾਰਿਆ ਖਰੇ 'ਚ ਜਾਣਦੇ ਜਾਂ ਅਲੀਆ ਵਲੀਆ ਜਾਣਾ ਇਹ ਤਿੰਨ ਭਰਾ ਸੀ ਉਦੋਂ ਅੱਗੇ ਉਹਨਾਂ 'ਤੇ ਪਰਚਾ ਹੋ ਗਿਆ ਨਹੀਂ ਆਪਾਂ ਉੱਥੋਂ ਤੁਰ ਪਏ ਨਹੀਂ ਨਹੀਂ ਇਹ ਪਹਿਲਾਂ ਇੱਥੇ ਆਏ ਸੀ ਨਾ ਇੱਥੇ ਪਹੁੰਚਣ ਦਾ ਕਾਰਨ ਦੱਸ ਦਿੱਤਾ ਹਾਂ ਇੱਥੇ ਤੁਸੀਂ ਪਹੁੰਚੇ ਜਿਹੜੇ ਸੀ ਨਾ ਉਹ ਫਿਰ ਦੋ ਬੰਦੇ ਅਲਾਵਲ ਅਤੇ ਅਲੀਆ ਜਾਂ ਅਲੀਆ ਵੇਖੇ ਆਹ ਉਹਨਾਂ ਦੇ ਪੁੱਤਰ ਦੋ ਮਰ ਗਏ ਨੇ ਹਸਨ ਅਤੇ ਸਾਦਕ ਬਾਬੇ ਹਸਨ ਦਾ ਆਪਾਂ ਕੀਤਾ ਵੀ ਹਾਂ ਉੱਥੇ ਬਾਹਰ ਰਹਿੰਦੇ ਨੇ ਉਹ ਪਹਿਲਾਂ ਉਹ ਕੇਸ ਜਿਹੜਾ ਉਹ ਦੋਵੇਂ ਬੰਦੇ 7 ਸਾਲ ਭੱਜ ਗਏ ਭੱਜ ਗਏ ਸੀ ਮਾਈ ਦੇ ਮਰਨ ਦੇ ਵਿੱਚ ਮਾਈ ਦੇ ਕਤਲ 'ਚ ਅੱਛਾ ਦੋ ਬੰਦੇ ਠੀਕ ਹੈ ਉਹ ਪਹਿਲਾਂ ਫਿਰੋਜ਼ਪੁਰ ਰਹੇ ਅਤੇ ਉੱਥੋਂ ਉਹਨਾਂ ਦੇ 40 ਹੋ ਗਈ ਅਤੇ ਆ ਗਏ ਸਾਹੀਵਾਲ 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 ਇੱਥੇ ਰਹੇ ਅਤੇ ਹੈਗਾ ਸੀ ਆਪਣਾ ਸੰਤਾ ਸਿੰਘ ਆ ਗਈ ਆਪਣਾ ਸੀ ਸਿੱਖ ਸੀ ਇੱਥੇ ਸਰਦਾਰ ਸੇਵਾ ਸਿੰਘ ਸਿੱਖ ਸੀ ਆ ਕੋਠੀ ਵਾਲਾ ਸੀ ਸਰਦਾਰ ਸੇਵਾ ਸਿੰਘ ਹੈ ਸੇਵਾ ਸਿੰਘ ਜਹਿਲਦਾਰ ਬੰਦਾ ਸੀ ਅਤੇ ਉਹ ਨਾ ਉਹ ਇਹਨਾਂ ਨੂੰ ਕਢਾ ਕੇ ਲੈ ਆਇਆ ਦੋ ਬੰਦਿਆਂ ਨੂੰ ਇਹਦੇ ਕੋਲ ਉਹ ਰਹੇ ਫਿਰ ਇੱਥੇ ਉਹਦਾ ਕੰਮ ਕਾਰ ਕਰਦੇ ਰਹੇ ਉਹਦੇ ਕੋਲ ਰਹੇ ਉਹ ਪਰਮਿਟ 'ਤੇ ਬੰਦਾ ਲੈ ਜਾਂਦੇ ਉਹ ਰਹਿੰਦੇ ਰਹੇ ਇੱਥੇ ਅਤੇ ਉਹਦੇ ਬਾਅਦ 'ਚ ਫਿਰ ਹਾਲਾ ਤੈਨੂੰ ਮੈਂ ਦੱਸੀ ਗੱਲ ਸਾਰੀ ਫਿਰ ਜਾਂਦੇ ਰਹੇ ਛੁੱਟ ਕੇ ਜਾਂਦੇ ਰਹੇ ਜਦੋਂ ਉੱਥੇ ਟੁਰਦੇ 15 ਦਿਨ ਇਹ ਹੋ ਗਏ ਅਤੇ ਇੱਥੇ ਅਸੀਂ ਐਡ 'ਚ ਪਾ ਕੇ ਸਾਨੂੰ ਹੋ ਗਏ ਨੇ ਮਿੰਟਰੀ ਵਾਲੇ ਸਾਰੇ ਪਿੰਡ ਐਡ ਗੰਡਾ ਸਿੰਘ ਲਗਾਇਆ ਆਇਆ ਗੰਡਾ ਸਿੰਘ ਰਾਜ ਤੁਹਾਡੇ 'ਤੇ ਹਮਲਾ ਕਿਤੇ ਨਹੀਂ ਹੋਇਆ ਨਾ ਉਹ ਨਾਲ ਬੰਦੇ 12 ਸਿਪਾਹੀ ਸੀ ਡਰਦੇ ਭੱਜ ਜਾਂਦੇ ਸੀ ਸਗੋਂ ਪਿੰਡਾਂ ਵਾਲੇ ਅੱਛਾ ਰਾਜ ਕੋ ਬੰਦੇ ਮਰੇ ਪਏ ਵੀ ਨਹੀਂ ਵੇਖੇ ਨਹੀਂ ਮਰੇ ਨਹੀਂ ਵੇਖੇ ਐਵੇਂ ਝੂਠ ਮਾਰੀਏ ਸੁਣੇ ਨੇ ਅੱਛਾ ਤੁਸੀਂ ਦੱਸਾਂ 12 ਦਿਨਾਂ 'ਚ ਹੈਡ ਗੰਡਾ ਸਿੰਘ ਹੈ ਉੱਥੇ ਆ ਗਿਆ ਸੀ 13-14 ਦਿਨਾਂ 'ਚ 2 ਦਿਨ ਉੱਥੇ ਬੈਠੇ ਅੱਛਾ ਉਹਨਾਂ ਆਖਿਆ ਵੀ ਪਰਮਿਟ ਬਣਦੇ ਨੇ ਪਿੰਡਾਂ ਦੇ ਉਹ ਜਿਹੜੇ ਬੰਦੇ ਛੁੱਟ ਕੇ ਗਏ ਸੀ ਹਾਂ ਉਹ ਕਤਲ ਦੇ ਵਿੱਚ ਹਾਂ ਵੀ ਉਹ ਨਾ ਪਿੰਡ ਬੜਾ ਚੰਗਾ ਹੈ ਆਹ ਚੌਠ ਉਹ ਇੱਥੇ ਜੋ ਰਹੇ ਸੇਵਾ ਸਿੰਘ ਕੋਲ ਵੀ ਮੈਂ ਅਸੀਂ ਪਰਮਿਟ ਬਣਵਾ ਕੇ ਲੈਣਾ ਅਤੇ ਆਪਾਂ ਚੌਠ 'ਚ ਚੱਲਣਾ 2 ਦਿਨ ਉੱਥੇ ਬੈਠੇ ਰਹੇ ਉਹ ਕੁੱਕਰੀਆਂ ਦੇ 2 ਬੰਦੇ ਜਿਹੜੇ ਮਾਈ ਦੇ ਕਤਲ ਦੇ ਇਲਜ਼ਾਮ 'ਚ ਜੇਲ੍ਹ 'ਚ ਬੈਠ ਸਨ ਉਹਨਾਂ ਨੂੰ ਸੇਵਾ ਸਿੰਘ ਨੇ ਛੁਡਾ ਲਿਆ ਆਪਣੇ ਕੰਮ ਵਕਾਰ 'ਤੇ ਇੱਥੇ ਚੌਂਠ 'ਚ ਲਾਈ ਰੱਖਿਆ ਉਹ ਫਿਰ ਇੱਥੋਂ ਵਾਪਸ ਗਏ ਜਦੋਂ ਉੜ ਤੁੜ ਪੈ ਗਈ ਉਹਦੇ ਬਾਅਦ 'ਚ ਪਾਕਿਸਤਾਨ ਦੇ ਹਿੰਦੁਸਤਾਨ ਹਾਂ ਉਜਾੜਾ ਪਿਆ ਅਤੇ ਉੱਧਰ ਚਲੇ ਗਏ ਵੀ ਚਲੋ ਲੈ ਕੇ ਆਉਂਦੇ ਅਸੀਂ ਆਪਦੀ ਬਰਾਦਰੀ ਨੂੰ ਹਾਂ ਉਹ ਫਿਰ ਤੁਹਾਨੂੰ ਉੱਧਰ ਦੀ ਗੰਡਾ ਸਿੰਘ ਦੀ ਵੱਲ ਲੈ ਕੇ ਚਿਰ ਪਹਿਲਾਂ ਦੇ ਗਏ ਸੀ ਵਾਹਵਾ ਚਿਰ ਪਹਿਲੇ ਚੱਲ ਕੇ ਚਲੇ ਗਏ ਸੀ ਪਹਿਲਾਂ ਸਜ਼ਾ ਮੁੱਕ ਗਈ ਅੱਛਾ ਫਿਰ ਉਹ ਤੁਹਾਨੂੰ ਲੈ ਕੇ ਆਏ ਗੰਡਾ ਸਿੰਘ ਵਾਲੇ ਬਾਰਡਰ ਵੱਲੋਂ ਇਹ ਜ਼ਰੂਰੀ ਉਹ ਮਿਲਟਰੀ ਵਾਲੇ ਮਿਲਟਰੀ ਵਾਲੇ ਲੈ ਆਏ ਉੱਧਰੋਂ ਦੀ ਠੀਕ ਹੈ ਅਤੇ ਹੈ ਟਪਾ ਕੇ ਅਤੇ ਫਿਰ ਪਿੱਛਾ ਵਾਪਸ ਮੁੜ ਗਏ ਪਤਾ ਨਹੀਂ ਅਤੇ ਆਪਣੇ ਡਾਂਗਾਂ ਅਤੇ ਬਰਛੇ ਛਵੀਆਂ ਇੱਥੋਂ ਲਾ ਕੇ ਉੱਥੇ ਤਾਈਂ ਢੇਰ ਲੱਗੇ ਉਹਦੇ ਰੱਖੀ ਜਾਣ ਉਹਦੇ ਰੱਖ ਉਹ ਰੱਖਦੇ ਸੀ ਉਹ ਸਿੱਖਾਂ ਵਾਲੇ ਜਿਹੜੇ ਸੀ ਉਹ ਮੁਸਲਮਾਨਾਂ ਦੀਆਂ ਜਿਹੜੀਆਂ ਉਹ ਉੱਧਰ ਵੀ ਰੱਖਦੇ ਹੁੰਦੇ ਮੁਸਲਮਾਨਾਂ ਦੀਆਂ ਜਿਹੜੀਆਂ ਸੀ ਨਾ ਉਹ ਹਰ ਸ਼ਾ ਰੱਖ ਲੈਂਦੇ ਸੀ ਯਾਨੀ ਹੈਡ ਲੰਘਣ ਤੋਂ ਪਹਿਲੇ ਸਾਰੀਆਂ ਛਵੀਆਂ ਡਾਂਗਾਂ ਬਰਛੀਆਂ ਲੈ ਕੇ ਰੱਖੀ ਜਾਂਦੇ ਸੀ ਉੱਥੇ ਰੱਖ ਲੈਂਦੇ ਸੀ ਅਗਾਂ ਨਹੀਂ ਲੰਘਣ ਦਿੰਦੇ ਠੀਕ ਹੈ ਮਿੰਟਰੀ ਉੱਥੇ ਬੈਠੀ ਸੀ ਠੀਕ ਹੈ ਲੈ ਉੱਥੋਂ ਮੀਆਂ ਜੀ ਫਿਰ ਗੱਡੀ ਜਿਹੜੀ ਆ ਰੇਲ ਗੱਡੀ ਮੁਫਤ ਚੱਲਦੀ ਸੀ ਉੱਥੋਂ ਫਿਰ ਇੱਥੇ ਆ ਗਏ